94 ਦੇ ਵਿੱਚ ਇਮਰਾਨ ਖਾਨ ਸਾਹਿਬ ਆਪਣਾ ਸ਼ੌਕਤ ਖਾਨਮ ਹਸਪਤਾਲ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਗੱਲ ਜਿਹੜੀ ਏ ਇਹ ਬੜੀ ਤਵੱਜੋ ਤਲਬ ਹੈ ਔਰ ਇਸ ਗੱਲ ਦੇ ਵਿੱਚ ਤੁਹਾਡੇ ਵਾਸਤੇ ਬੜਾ ਸਬਕ ਹੈ ਔਰ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਉਸ ਹਸਪਤਾਲ ਵਾਸਤੇ ਪੂਰੀ ਦੁਨੀਆ ਤੋਂ ਚੰਦਾ ਮੁਹਿੰਮ ਜਿਹੜੀ ਏ ਉਹਦਾ ਆਗਾਜ਼ ਕੀਤਾ ਬਹੁਤ ਅੱਛੀ ਕਾਸ ਸੀ ਬਹੁਤ ਅੱਛਾ ਕੰਮ ਸੀ ਕਿ ਉਹ ਹਸਪਤਾਲ ਜਿਹੜਾ ਆਪਣੀ ਮਾਂ ਦੇ ਨਾਂ ਤੇ ਉਹ ਬਣਾਉਣਾ ਚਾਹ ਰਿਹਾ ਸੀ ਇਮਰਾਨ ਖਾਨ ਸਾਹਿਬ ਨੇ ਪੂਰੀ ਦੁਨੀਆ ਦਾ ਟੂਰ ਕੀਤਾ ਇੰਡੀਆ ਦੇ ਵਿੱਚੋਂ ਪੂਰੀ ਬਾਲੀਵੁੱਡ ਜਿਹੜੀ ਹੈ ਉਹਦੇ ਐਕਟਰ ਜਿਹੜੇ ਨੇ ਉਹ ਲਾਹੌਰ ਮੰਗਵਾਏ ਡਾਂਸਰ ਮੰਗਵਾਏ ਗਾਣੇ ਗਾਣ ਵਾਲੇ ਮੰਗਵਾਏ ਨੁਸਰਤ ਫਤਿਹ ਅਲੀ ਖਾਨ ਮਰਹੂਮ ਨੇ ਵੀ ਉਹ ਵੇਖਿਆ ਔਰ ਅਸੀਂ ਵੀ ਉਹ ਜਿਹੜਾ ਪ੍ਰੋਗਰਾਮ ਸੀ ਵੇਖਿਆ ਮੈਂ ਉਦੋਂ ਸਟੂਡੈਂਟ ਸੀ ਔਰ ਮੈਂ ਵੀ ਉਹ ਉਸ ਦੌਰ ਦੇ ਵਿੱਚ 3000 ਰੁਪਏ ਦੀ ਟਿਕਟ ਲੈ ਕੇ ਜਿਹੜਾ ਅੱਜ ਦਾ ਮੇਰੇ ਖਿਆਲ ਨਾਲ ਕੋਈ 2-4 ਲੱਖ ਤੇ ਬਣਦੀ ਹੈ ਉਹ ਟਿਕਟ ਲੈ ਕੇ ਮੈਂ ਗਿਆ ਸੀ ਉੱਥੇ ਸਰਕਾਰ ਬਹੁਤ ਪੈਸਾ ਇਕੱਠਾ ਆਇਆ ਬੜਾ ਪੈਸਾ ਇਕੱਠਾ ਆਇਆ ਪੂਰੀ ਦੁਨੀਆ ਦੇ ਵਿੱਚੋਂ ਖਾਸਾਬ ਨੇ ਪੈਸਾ ਕੀਤਾ ਲੋਕਾਂ ਨੇ ਅੰਗਰੇਜ਼ਾਂ ਨੇ ਬੜਾ ਪੈਸਾ ਕਿ ਦਿੱਤਾ ਭਾਈ ਤੂੰ ਬੜੀ ਅੱਛੀ ਕਾਜ ਹੈ ਤੂੰ ਹਸਪਤਾਲ ਬਣਾ ਰਿਹਾ ਇਕੱਠਿਆਂ ਕਰ ਕਰ ਕੇ ਫਰਵਰੀ 1994 ਦੀ ਗੱਲ ਹੈ ਖਾਨ ਸਾਹਿਬ ਨੇ ਜਦੋਂ ਸਾਰਾ ਪੈਸਾ ਇਕੱਠਾ ਕੀਤਾ ਗਿਣਿਆ ਗਿਣਨ ਤੋਂ ਬਾਅਦ ਪਤਾ ਲੱਗਾ ਕਿ 50 ਕਰੋੜ ਰੁਪਈਆ ਇਕੱਠਾ ਆਇਆ ਪਾਕਿਸਤਾਨੀ ਉਸ ਦੌਰ ਦਾ ਤੇ ਜਿਹੜਾ ਪ੍ਰੋਜੈਕਟ ਹੈਗਾ ਸੀ ਹਸਪਤਾਲ ਦਾ ਉਹਦੇ ਵਿੱਚ ਲੱਗਣਾ ਸੀ 1 ਅਰਬ ਰੁਪਈਆ ਉਸ ਵਕਤ ਦਾ ਜਿਹੜਾ ਅੱਜ ਦਾ 50 ਰੱਬ ਬਣਦਾ ਉਹ ਇਹਦਾ ਯਾਰ ਸੀ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਐ ਮਨਾਰੇ ਪਾਕਿਸਤਾਨ ਦੇ ਕੋਲ ਉਹਦੀ ਬਹੁਤ ਵੱਡੀ ਹਵੇਲੀ ਆ ਜਿੱਥੇ ਇਹ ਬਾਰੋਂ ਗੋਰੀਆਂ ਸ਼ੋਰੀਆਂ ਲੈ ਕੇ ਆਉਂਦੇ ਸੀ ਔਰ ਉੱਥੇ ਸਾਰਾ ਕੁਝ ਆਪਣਾ ਇਸ਼ਨਾਨ ਕਰਦਾ ਹੁੰਦਾ ਸੀ ਇਮਰਾਨ ਖਾਨ ਉਸ ਹਵੇਲੀ ਦੇ ਵਿੱਚ ਉਹਦਾ ਉਹ ਦੋਸਤ ਉਹਨੇ ਉਹਨੂੰ ਕਿਹਾ ਕਿ ਤੂੰ ਯਾਰ ਨਾ ਮੀਆਂ ਸ਼ਰੀਫ ਕੋਲ ਚਲਾ ਜਾ ਨਿਵਾਜ਼ ਸ਼ਰੀਫ ਦਾ ਜਿਹੜਾ ਪਿਓ ਐ ਉਹ ਬਹੁਤ ਸਖੀ ਆਦਮੀ ਐ ਤੂੰ ਜਾ ਕੇ ਉਹਦੇ ਨਾਲ ਗੱਲ ਕਰ ਤੇ ਮੈਨੂੰ ਉਮੀਦ ਹੈ ਤੇਰਾ ਇਹ ਮਸਲਾ ਹੱਲ ਕਰ ਦੇਗਾ ਉਹ ਬਹੁਤ ਚੰਦਾ ਦਿੰਦਾ ਹੈ ਬਹੁਤ ਜ਼ਕਾਤ ਦਿੰਦਾ ਹੈ ਔਰ ਅੱਲਾਹ ਨੇ ਉਹਨੂੰ ਬੜਾ ਕੁਝ ਦਿੱਤਾ ਹੈ ਤੂੰ ਮੀਆਂ ਸ਼ਰੀਫ ਕੋਲ ਚਲਾ ਜਾ ਇਹ ਉਸ ਵਕਤ ਦੀ ਗੱਲ ਹੈ ਜਦੋਂ ਮੀਆਂ ਸ਼ਰੀਫ ਦੀ ਇਤਫਾਕ ਫਾਉਂਡਰੀ ਦੇ ਵਿੱਚ 70000 ਬੰਦਾ ਕੰਮ ਕਰਦਾ ਸੀ 70000 ਔਰ ਉਸ ਫੈਕਟਰੀ ਦੇ ਵਿੱਚ ਪਾਕ ਫੌਜ ਦੇ ਟੈਂਕ ਬਣਦੇ ਸੀ ਤੋਪਾਂ ਬਣਦੀਆਂ ਸੀ ਗੋਲੇ ਬਣਦੇ ਸਨ ਇੰਜਨ ਬਣਦੇ ਸਨ ਪਤਾ ਨਹੀਂ ਕੀ ਕੀ ਬਣਦਾ ਸੀ ਉਸ ਦੌਰ ਦੀ ਮੈਂ ਗੱਲ ਦੱਸ ਰਿਹਾ ਉਹ ਨਵਾਬ ਆਪਣਾ ਇਮਰਾਨ ਖਾਨ ਦੇ ਦੋਸਤ ਨੂੰ ਦੋਸਤ ਨੇ ਕਿਹਾ ਕਿ ਤੂੰ ਮੀਆਂ شریف ਕੋਲ ਚਲਾ ਜਾ ਇਹ ਉਹਦਾ ਨੰਬਰ ਹੈ ਇਹ ਰابطਾ ਹੈ ਇਹਦੇ ਨਾਲ ਰابطਾ ਕਰ ਉਹ ਤੈਨੂੰ ਉਹਦੇ ਕੋਲ ਲੈ ਜਾਏਗਾ ਉਹ ਖੈਰ ਕਰਦਿਆਂ ਕਰਾਉਂਦਿਆਂ ਇਮਰਾਨ ਖਾਨ ਸਾਹਿਬ ਜਿਹੜੇ ਨੇ ਮਾਸ਼ਾਅੱਲਾ ਮੀਆਂ شریف ਕੋਲ ਪਹੁੰਚ ਜਾਂਦੇ ਨੇ ਮਰਡ ਟਾਊਨ ਉੱਥੇ ਜਾ ਕੇ ਉਹ ਪੁੱਛਦੇ ਨੇ ਜੀ ਬੇਟਾ ਕੀ ਹਾਲ ਚਾਲ ਹੈ ਤੇਰਾ ਕੈਸਾ ਹਸਪਤਾਲ ਚੱਲ ਰਿਹਾ ਹੈ ਕਿੰਨਾ ਕੁ ਤੇਰਾ ਫੰਡ ਇਕੱਠਾ ਹੋਇਆ ਹੈ ਔਰ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਹੈ ਲਿਏ ਉਹਨੇ ਕਹੇ ਜੀ ਮੈਂ ਮੀਆਂ ਸਾਹਿਬ ਤੁਹਾਡੇ ਕੋਲ ਆਇਆ ਇੱਕ ਰਿਕੁਐਸਟ ਲੈ ਕੇ ਉਹ ਸਾਹਿਬ ਕਹੇ ਦੱਸੋ ਉਹਦਾ ਕਹੇ ਜੀ ਮੈਂ 50 ਕਰੋੜ ਰੁਪਈਆ ਇਕੱਠਾ ਕਰ ਚੁੱਕਿਆ ਪਿਛਲੇ 2.5 ਸਾਲ ਦੀ ਮੈਂ ਮਿਹਨਤ ਕੀਤੀ ਹੈ ਬੜਾ ਮੈਂ ਫਿਰਿਆ ਤੇ ਇੰਨਾ ਮੈਨੂੰ ਇਕੱਠਾ ਹੋਇਆ ਤੇ ਮੇਰਾ ਬਜਟ ਹੈਗਾ 1 ਅਰਬ ਰੁਪਈਆ ਤੇ ਮੈਨੂੰ ਨਾ ਤੁਹਾਡੇ ਕੋਲੋਂ ਚੰਗੀ ਭਲੀ ਡੋਨੇਸ਼ਨ ਚਾਹੀਦੀ ਹੈ ਜਿਹੜਾ ਮੇਰਾ ਕੋਈ ਸਾਹ ਸੌਖਾ ਨਿਕਲੇ ਤੇ ਮੇਰਾ ਖਾਬ ਪੂਰਾ ਹੋ ਜਾਏ ਗੱਲ ਬੜੀ ਸੁਣਨ ਵਾਲੀ ਤੇ ਤਵਜੋ ਤਲਬ ਮੀਆਂ ਸ਼ਰੀਫ ਜਿਹੜਾ ਉੱਥੇ ਬੈਠਿਆ ਬੈਠੇ ਉਹਨੇ ਨਾ ਜਿਹੜਾ ਚੈੱਕ ਕਰੋ ਇੱਕ ਬੰਦੇ ਦਾ ਦਿਲ ਗੁਰਦਾ ਇੱਕ ਇਨਸਾਨ ਜਿਹੜਾ ਖਰਪਤੀ ਐ ਉਸ ਟਾਈਮ ਮੀਆਂ ਸ਼ਰੀਫ ਉਸ ਟਾਈਮ ਖਰਪਤੀ ਉਹਦਾ ਦਿਲ ਗੁਰਦਾ ਚੈੱਕ ਕਰੋ ਜਦੋਂ ਉਹਨੇ ਉਹਨੂੰ ਗੱਲ ਕਹੀ ਨਾ ਕਿ ਜੀ ਮੈਨੂੰ 50 ਕਰੋੜ ਛਾਟ ਐ ਤੇ ਇਹ ਬੜਾ ਲੰਮਾ ਸਫ਼ਰ ਐ ਜੇ ਮੇਰਾ ਤੇ ਮੇਰੇ ਨਾਲ ਕੁਝ ਦਾਦ ਰਸੀ ਕਰੋ ਮੀਆਂ ਸ਼ਰੀਫ ਨੇ ਉਸੇ ਟਾਈਮ ਚੈੱਕ ਬੁੱਕ ਕੱਢੀ 50 ਕਰੋੜ ਰੁਪਈਆ ਉੱਤੇ ਲਿਖ ਕੇ ਤੇ ইমরান ਖਾਨ ਦੇ ਹੱਥ ਚ ਪਾ ਦਿੱਤਾ ਨਾਲ ਥਾਪੜਾ ਮਾਰਿਆ ਤੇ ਪੁੱਤਰ ਐ ਫੜ ਜਾ ਕੇ ਹਸਪਤਾਲ ਮੁਕੰਮਲ ਕਰ ਇਹ ਤੈਨੂੰ ਹੋਰ ਵੀ ਚਾਹੀਦੇ ਹੋਣਗੇ ਤੇ ਬਲਾਜਿਕ ਆ ਕੇ ਮੇਰੇ ਕੋਲੋਂ ਹੋਰ ਵੀ ਲੈ ਜਾਈਂ ਲੇਕਿਨ ਹਸਪਤਾਲ ਨਹੀਂ ਰੁਕਣਾ ਚਾਹੀਦਾ 50 ਕਰੋੜ ਰੁਪਈਆ ਪੂਰੀ ਦੁਨੀਆ ਤੋਂ ਇਕੱਠਾ ਕੀਤਾ ਔਰ 50 ਕਰੋੜ ਰੁਪਈਆ ਮੀਆਂ ਸ਼ਰੀਫ ਨੇ ਆਪਣੀ ਜੇਬ ਦੇ ਵਿੱਚੋਂ ਜ਼ਕਾਤ ਦਿੱਤੀ ਫਰਵਰੀ 1994 ਦੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਉਸ ਵਕਤ ਦਾ 50 ਕਰੋੜ ਰੁਪਈਆ ਅੱਜ ਦੇ ਦਿਨ ਦਾ ਤਕਰੀਬਨ 20 ਅਰਬ ਰੁਪਈਆ ਬਣਦਾ ਯਾਨੀ ਕਿ ਅੱਜ ਦੇ ਹਿਸਾਬ ਨਾਲ 20 ਅਰਬ ਰੁਪਈਆ ਜ਼ਕਾਤ ਦਿੱਤੀ ਮੀਏ ਮੁਹੰਮਦ ਸ਼ਰੀਫ ਨੇ ਇਮਰਾਨ ਖਾਨ ਸਾਹਿਬ ਨੂੰ ਔਰ ਉਹਨੂੰ ਕਿਹਾ ਕਿ ਬੇਟਾ ਐ ਫੜ ਜਾ ਕੇ ਆਪਣਾ ਹਸਪੀਟਲ ਤਮੀਰ ਕਰ अगर फिर भी पैसे थुड़ गए तो मेरे को आके होर लै जाई हस्पता नहीं रुकना चाहिए था। लिहाजा उस हस्पता का अद्धा खर्चा किन्ने दिता मियां शरीफ साहब ने और उस तो बाद वो बंदा जिथे जाता सी इमरान खान उ तारीफ करता स मियां शरीफ वर्गा हजरत आदमी कोई नहीं मियां शरीफ वर्गा सखी आदमी कोई नहीं ਮੀਆਂ ਸ਼ਰੀਫ ਵਰਗਾ ਇਮਾਨਦਾਰ ਆਦਮੀ ਕੋਈ ਨਹੀਂ ਮੀਆਂ ਸ਼ਰੀਫ ਵਰਗਾ ਹੱਛਾ ਆਦਮੀ ਕੋਈ ਨਹੀਂ ਕਿ ਮੇਰਾ ਉਹਨੇ ਹਸਪਤਾਲ ਬਣਾ ਦਿੱਤਾ ਅੱਗੇ ਓਨ ਟਰੋ ਅਗਲੀ ਗੱਲ ਬੜੀ ਸੁਣਨ ਵਾਲੀ ਜੇ ਅਪ੍ਰੈਲ ਇਹ ਫਰਵੀ ਦੇ ਵਿੱਚ ਉਹਨੇ 50 ਕਰੋੜ ਰੁਪਇਆ ਦਿੱਤਾ ਉਹਨੂੰ ਅੱਗੋਂ ਸੁਣੋ ਅਪ੍ਰੈਲ ਦੇ ਵਿੱਚ ਯਾਨੀ ਕਿ 2 ਮਹੀਨੇ ਬਾਅਦ ਅਪ੍ਰੈਲ 1994 ਚ ਮੀਆਂ ਸ਼ਰੀਫ ਪਾਰਟਨਰ ਸੀ ਕਤਰ ਦੀ ਰਾਇਲ ਫੈਮਿਲੀ ਦੇ ਨਾਲ ਉਹਦੀਆਂ ਮਿੱਲਾਂ ਸੀ ਕਤਰ ਦੇ ਵਿੱਚ ਮੀਆਂ ਸ਼ਰੀਫ ਦੀਆਂ ਤੇ ਕਤਰ ਕਤਰੀ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੇ ਫਲੈਟ ਸੀ ਲੰਡਨ ਦੇ ਵਿੱਚ ਤੇ ਮੀਆਂ ਸ਼ਰੀਫ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਉਹ ਫਲੈਟ ਜਿਹੜੇ ਨੇ ਉਹ ਦੇ ਦਿਓ ਮੇਰੇ ਪੋਤਰਿਆਂ ਨੇ ਉੱਥੇ ਜਾ ਕੇ ਪੜ੍ਹਨਾ ਹੈ। ਔਰ ਉਸ ਵਕਤ ਦੇ ਵਿੱਚ ਯਾਨੀ 2 ਮਹੀਨੇ ਪਹਿਲੇ ਉਹਨੇ 50 ਕਰੋੜ ਰੁਪਈਆ ਚੰਦਾ ਦਿੱਤਾ। ਤੇ 2 ਮਹੀਨੇ ਬਾਅਦ ਉਹ ਜਿਹੜੇ ਫਲੈਟ ਸੀ ਲੰਡਨ ਵਾਲੇ ਉਹ 2 ਕਰੋੜ ਦੇ ਸੀ 2 ਕਰੋੜ ਰੁਪਈਆ ਉਹਨਾਂ ਦੀ ਕੀਮਤ ਸੀ ਪਾਕਿਸਤਾਨੀ ਉਸ ਵਕਤ ਐਸ ਵਕਤ ਉਹਨਾਂ ਦੀ ਕੀਮਤ 2-3 ਅਰਬ ਰੁਪਈਆ ਹੋ ਸਕਦੀ ਹੈ ਉਸ ਵਕਤ ਉਹਦੀ ਉਹਨਾਂ ਦੀ ਕੀਮਤ ਸੀ 2 ਕਰੋੜ ਰੁਪਈਆ ਉਹਨੇ ਫਿਰ ਕਤਰੀ ਫੈਮਿਲੀ ਦੇ ਨਾਲ ਆਪਣੇ ਬਿਜ਼ਨਸ ਦੇ ਵਿੱਚ ਅਡਜਸਟ ਕਰਕੇ 2 ਕਰੋੜ ਉਧਰ ਪਵਾ ਕੇ ਤੇ ਉਹ ਜਿਹੜੇ ਫਲੈਟ ਸੀ ਜਿੱਥੇ ਕਤਰੀ ਫੈਮਿਲੀ ਰਹਿ ਰਹੀ ਸੀ ਉਹਨਾਂ ਕੋਲੋਂ ਉਸਨਾਂ ਫਲੈਟਾਂ ਦੇ ਸਰਟੀਫਿਕੇਟ ਆਪਣੇ ਨਾਂ ਕਰਵਾ ਲਏ। ਮੀਆਂ ਮੁਹੰਮਦ ਸ਼ਰੀਫ ਨੇ। ਯਾਨੀ ਕਿ 2 ਮਹੀਨੇ ਪਹਿਲੇ 50 ਕਰੋੜ ਰੁਪਇਆ ਉਹ ਜ਼ਕਾਤ ਦਿੱਤੀ ਉਸ ਇਮਰਾਨ ਖਾਨ ਨੂੰ। ਔਰ ਉਸ ਤੋਂ 2 ਮਹੀਨੇ ਬਾਅਦ 2 ਕਰੋੜ ਦੇ ਉਹਨੇ ਉਹ ਫਲੈਟ ਖਰੀਦੇ। ਜਿਹਦੇ ਵਿੱਚ ਅੱਜ ਮੀਆਂ ਨਵਾਜ਼ ਸ਼ਰੀਫ ਦਾ ਬੇਟਾ ਰਹਿ ਰਿਹਾ। ਜਿਹਦੇ ਬਾਰੇ ਬਕਵਾਸ ਨਵਾਜ਼ ਆਪਣਾ ਕਰਦਾ ਹੈ ਇਮਰਾਨ ਖਾਨ। ਕਿ 8000 ਕਰੋੜ ਅਰਬ ਰੁਪਏ ਦੇ ਫਲੈਟ। ਤੇ ਉਹ ਫਲੈਟ ਨੇ ਇਹ ਉਹ ਚੰਦਾ ਕਿ ਫਰਵਰੀ 1994 ਦੇ ਵਿੱਚ 50 ਕਰੋੜ ਰੁਪਇਆ ਚੰਦਾ ਮੀਆਂ ਸ਼ਰੀਫ ਦਿੰਦਾ ਹੈ Imran Khan ਨੂੰ ਔਰ ਉਸ ਤੋਂ 2 ਮਹੀਨੇ ਬਾਅਦ ਆਪਣੇ ਪੋਤਰਿਆਂ ਦੇ ਵਾਸਤੇ ਉਹ ਲੰਡਨ ਦੇ ਵਿੱਚ ਫਲੈਟ ਖਰੀਦਦਾ ਹੈ 2 ਕਰੋੜ ਰੁਪਏ ਦੇ ਇਹ ਉਹ ਹਕੀਕਤ ਹੈ ਜਿਹੜੀ ਮੈਂ ਪਾਕਿਸਤਾਨੀਓ ਅੱਜ ਤੁਹਾਡੇ ਅੱਗੇ ਵਾਜ਼ਿਹਾ ਕਰਨੀ ਸੀ ਕਿ ਇਹ ਅਸਲ ਹਕੀਕਤਾਂ ਇੱਕ ਖਰਪਤੀ ਆਦਮੀ ਜਿਹਦਾ ਨਾਮ ਮੀਆਂ ਮੁਹੰਮਦ ਸ਼ਰੀਫ ਸੀ ਇਹ ਜਿਹੜੀ ਸਿਰਫ ਇੱਕ ਫਾਉਂਡਰੀ ਦੇ ਵਿੱਚ ਉਦੋਂ 70000 ਬੰਦਾ ਕੰਮ ਕਰਦਾ ਸੀ 70000 ਪਾਕਿਸਤਾਨੀ ਔਰ ਉਸ ਫਾਉਂਡਰੀ ਦੇ ਵਿੱਚ ਫੌਜ ਦੇ ਟੈਂਕ, ਧੋਪਾਂ, ਪਤਾ ਨਹੀਂ ਕੀ ਕੀ ਅਸਲਾ, ਵਰਦੀਆਂ, ਹਰ ਛੇ ਇੰਜਣ, ਪੀਟਰ ਇੰਜਣ, ਟਿਊਬ ਵਾਲਾ ਪਤਾ ਨਹੀਂ ਕੀ ਕੀ ਬਣਦਾ ਸੀ। ਤੇ ਉਸ ਬੰਦੇ ਨੇ ਸਿਰਫ 5 ਮਿੰਟ ਹੀ ਉਹਨੂੰ 50 ਕਰੋੜ ਦਾ ਚੈੱਕ ਦੇ ਦਿੱਤਾ। ਉਹਨੇ ਕਿਹਾ ਜਾ ਬੇਟਾ। ਜਾ ਕੇ ਆਪਣੀ ਮਾਂ ਸ਼ੌਕਤ ਖਾਨਮ ਦੇ ਨਾਂ ਤੇ ਹਸਪੀਟਲ ਬਣਾ। ਔਰ ਅਗਰ ਤੈਨੂੰ ਹੋਰ ਵੀ ਚਾਹੀਦੇ ਹੋਣ ਤੇ ਮੇਰੇ ਕੋਲ ਆ ਜਾਈਂ ਕੋਈ ਟੈਨਸ਼ਨ ਨਹੀਂ ਆ ਹਸਪਤਾਲ ਨਹੀਂ ਰੁਕਣਾ ਚਾਹੀਦਾ ਔਰ ਉਸ ਤੋਂ 2 ਮਹੀਨੇ ਬਾਅਦ ਉਹਨੇ ਆਪਣੇ ਪੋਤਰਿਆਂ ਦੇ ਵਾਸਤੇ ਜਿਨ੍ਹਾਂ ਨੇ ਲੰਡਨ ਪੜ੍ਹਨਾ ਸੀ ਉਹਨਾਂ ਵਾਸਤੇ ਆਪਣੇ ਕਤਰੀ ਪਾਰਟਨਰ ਜਿਹੜੇ ਨੇ ਉਹਨਾਂ ਕੋਲੋਂ ਫਲੈਟ ਲਿਆ ਆਪਣੀ ਫੈਕਟਰੀ ਦੇ ਸਿਸਟਮ ਅਡਜਸਟ ਕਰਕੇ ਔਰ ਆਪਣੇ ਪੋਤਰਿਆਂ ਨੂੰ ਕਿਹਾ ਕਿ ਜਾਓ ਪੜ੍ਹੋ ਜਾ ਕੇ ਉੱਥੇ 2 ਕਰੋੜ ਰੁਪਏ ਦੇ ਹੁਣ 50 ਕਰੋੜ ਰੁਪਈਆ ਚੰਦਾ ਦੇਣ ਵਾਲਾ 2 ਕਰੋੜ ਰੁਪਏ ਦੇ ਫਲੈਟ ਨਹੀਂ ਖਰੀਦ ਸਕਦਾ ਇਹਨੂੰ ਤੁਸੀਂ ਕੀ ਕਹੋਗੇ ਇਸ ਵਾਸਤੇ ਮੈਂ ਕਹਿੰਦਾ ਕਿ ਅੱਜ ਮਰਯਮ ਨਵਾਜ਼ ਨੇ ਜਿਸ ਤਰ੍ਹਾਂ ਉਹ ਕਿਰਦਾਰ ਨੰਗੇ ਕੀਤੇ ਨੇ ਸਾਕਬ ਅਨਸਾਰ ਨੂੰ ਨੰਗਾ ਕੀਤਾ ਫੈਜ਼ حمید ਨੂੰ ਨੰਗਾ ਕੀਤਾ ਕਿਉਂ ਕੀਤਾ ਕਿਉਂਕਿ ਇਹਨਾਂ ਲੋਕਾਂ ਨੇ ਪਾਕਿਸਤਾਨ ਦਾ ਤੜਨ ਤਖਤਾ ਕਰ ਦਿੱਤਾ ਤੇ ਇਹ ਉਹ ਸਟੋਰੀ ਸੀ ਮੇਰੇ ਬੱਚਿਓ ਜਿਹੜੀ ਮੈਂ ਤੁਹਾਨੂੰ ਸੁਣਾ ਦਿੱਤੀ ਹੈ ਔਰ ਇਹ ਲਾ ਇਲਾਹਾ ਇਲਾ ਲ ਬਿਲਕੁਲ ਹਕੀਕਤ ਮਬਨੀ ਹੈ ਅਸੀਂ ਚਸ਼ਮਦੀਦ ਜਿਹੜਾ ਇਸ ਚੀਜ਼ ਦੇ ਗਵਾਹਾਂ ਔਰ ਪਾਕਿਸਤਾਨ ਦੀਆਂ ਖਬਰਾਂ ਉਸ ਵਕਤ ਦੇ ਦੌਰ ਦੇ ਵਿੱਚ ਹਰ ਪਾਸੇ ਰੌਲਾ ਪੈ ਗਿਆ ਸੀ ਕਿ ਇਹ ਕਿਹੜਾ ਬੰਦਾ ਹੈ ਜਿਨੇ 50 ਕਰੋੜ ਦਾ ਚੰਦਾ ਦੇ ਦਿੱਤਾ ਤੇ ਇਸ ਵਾਸਤੇ ਦੇਣ ਵਾਲਾ ਜਿਹੜਾ ਉਹ ਬਹੁਤ ਵੱਡਾ ਹੁੰਦਾ